अपना बुलाया से उन्होंने कदों पढ़ा मैं रीजन वेरीफिकेशन कोई मामला दर्ज करके मामला नहीं ਸਾਡੇ ਉੱਥੇ ਕਿਸਾਨਾਂ 'ਤੇ ਟੋਰਚਰ ਕਰਕੇ ਆਪਦੇ ਆਰ ਐੱਸ ਐੱਸ ਦੇ ਗੁੰਡਿਆਂ ਰਾਹੀਂ ਕੀ ਕੁਝ ਰੋਡ ਕਰਵਾ ਰਹੀ ਹੈ। ਅਸੀਂ ਕੋਈ ਵਾਇਲੈਂਸ ਨਹੀਂ ਕਰਦੇ, ਜਿਹੜੇ ਸ਼ਹਿਰੀ ਲੋਕ ਆ ਇਹ ਸਾਰੇ, ਪਰ ਜੇ ਕੋਈ ਕਿਸੇ ਨੇ ਪੋਸਟਰ ਜਾਂ ਕੋਈ ਬੱਚਾ ਵੀ ਕੱਲ੍ਹ ਨੂੰ ਪਾੜ ਦਿੰਦਾ ਉਹ ਪਾੜ ਸਕਦਾ ਹੈ, ਕਿਉਂਕਿ ਇਹਨਾਂ ਕੋਲ ਕਿਹੜਾ ਕੋਈ ਪੋਸਟਰ ਲਾਉਣ ਦਾ ਸਾਨੂੰ ਦੱਸਣ ਵੀ ਕਿਹੜੇ ਪੋਸਟਰ ਜਿੱਥੇ ਕੋਈ ਲਾਏ ਹੈ ਉਹਦੀ ਕੋਈ ਸਰਕਾਰੀ ਪਰਮਿਸ਼ਨ ਥੋੜ੍ਹੀ ਹੁੰਦੀ ਹੈ। ਇਹ ਸਰਕਾਰ ਦੀਆਂ ਸਾਡੀਆਂ ਕੰਧਾਂ 'ਤੇ ਪੋਸਟਰ ਲਾਉਂਦੇ ਅਸੀਂ ਲਾਹਾਂਗੇ, ਅਸੀਂ ਲਾ ਸਕਦੇ ਹਾਂ। ਸਾਡੀ ਕੋਈ ਵੀ ਅਗਰ ਸਾਡੀਆਂ ਕੰਧਾਂ 'ਤੇ ਬੀਜੇਪੀ ਦਾ ਪੋਸਟਰ ਲੱਗੂਗਾ ਅਸੀਂ ਉਸ ਨੂੰ ਲਾਹਾਂਗੇ, ਅਤੇ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਬੀਜੇਪੀ ਨੂੰ। ਜੇਕਰ ਸਾਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਕੇ ਜਲੀਲ ਕਰਨਾ ਚਾਹਿਆ ਪ੍ਰਸ਼ਾਸਨ ਨੇ ਤਾਂ ਫਿਰ ਅਸੀਂ ਉਹਨਾਂ ਨੂੰ ਘਰੇ ਵੜਨ ਲਈ ਮਜਬੂਰ ਕਰਦੇ। ਹੁਣ ਕੀ ਕੀਤਾ ਗਿਆ ਸੀ ਹੁਣ ਕਹਿੰਦੇ ਵੀ ਕੁੱਤਾਂ ਦੀ ਨੋਰਮਲ ਗੱਲ ਹੈ ਉਹਨਾਂ ਨੇ ਇਹ ਕਿਹਾ ਸੀਗਾ ਵੀ ਸਾਨੂੰ ਕੋਈ ਅਸੀਂ ਕਹਿੰਦੇ ਤਾਂ ਮਿਲੇ ਵੀ ਨਹੀਂ ਕਿਸੇ ਨੂੰ, ਅਸੀਂ ਕੋਈ ਵਾਇਲੈਂਸ ਤਾਂ ਕਰੇ ਅਸੀਂ ਕਿਹੜਾ ਕਿਸੇ ਨੂੰ ਗਾਲ, ਮਤਲਬ ਅਸੀਂ ਕਿਸੇ ਦੇ ਘਰੇ ਜਾਂਦੇ ਹਾਂ ਵੀ ਤੂੰ ਮਾੜਾ ਤੂੰ ਫਲਾਨਾ, ਅਸੀਂ ਬੀਜੇਪੀ ਦਾ ਵਿਰੋਧ ਕਰਦੇ ਹਾਂ। ਅਤੇ ਪ੍ਰਸ਼ਾਸਨ ਨੇ ਇਹ ਗੱਲ ਕਹੀ ਹੈ ਸੱਚ ਉਹਨੇ ਵੀ ਕੋਈ ਗੱਲ ਨਹੀਂ ਤੁਹਾਡਾ ਬੰਦਾ ਬੇਕਸੂਰ ਹੈ ਅਤੇ ਉਹਨੇ ਕੋਈ ਮਤਲਬ ਵਾਇਲੈਂਸ ਨਹੀਂ ਕੀਤੀ ਅਤੇ ਅੱਗੇ ਤੋਂ ਮਤਲਬ ਅਸੀਂ ਜਿਹੜਾ ਕਿਸੇ ਕੈਂਡੀਡੇਟ ਨੂੰ ਜਾਂ ਕਿਸੇ ਨਾਲ ਕੋਈ ਮਾਰ ਕਟਾਈ ਜਾਂ ਮਤਲਬ ਵਾਇਲੈਂਸ ਨਹੀਂ ਕਰਾਂਗੇ ਅਸੀਂ, ਪਰ ਫੀਸ ਖੁਦੀ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ। ਮਾਮਲਾ ਤਾਂ ਨਹੀਂ ਕਰਦੇ? ਨਹੀਂ ਜੀ, ਕੋਈ ਹੁੰਦਾ ਹੀ ਨਹੀਂ, ਮਾਮਲਾ ਬਣਦਾ ਹੀ ਨਹੀਂ, ਗੈਰ ਕਾਨੂੰਨੀ ਤਾਂ ਉਹਨਾਂ ਦੇ ਘਰ ਲੱਗੇ ਹੋਏ।